26 दिसंबर 2015 दास सूरज बगला साहब ये पकड़ जो बैग रंजीत सिंह जी आज आ जाओ चलो चलो मत ठीक लो सोने के
ਤੁਸੀਂ ਜੋਗੀ ਨੂੰ ਮੈਸੇਜ ਦਿਓ ਠੀਕ ਹੈ ਜੀ ਜੋਗੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਸਾਡੇ ਧੰਨ ਭਾਗ ਆਪ ਜੀ ਦੇ ਭਾਈ ਸਾਹਿਬ ਨਾਲ ਦਰਸ਼ਨ ਹੋ ਗਏ ਪਰਮਾਤਮਾ ਮੇਹਰ ਕਰੇ ਆਪ ਜੀ ਦਾ ਵੀ ਕਦੀ ਮੁਲਾਕਾਤ ਹੋਵੇਗੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਹਾਂ ਬੇਟਾ ਜੋਗੀ ਇਹ ਹਨ ਧਰਮਿੰਦਰ ਸਿੰਘ ਜੀ ਇਟਲੀ ਤੋਂ ਜਿਹੜਾ ਆਏ ਹੋਏ ਅਤੇ ਮੁਲਾਕਾਤ ਹੋ ਰਹੀ ਹੈ ਤਾਰੀਖ 26 ਦਸੰਬਰ ਬੋਕਸਿੰਗ ਡੇ 2015 ਤਾਂ ਬੰਗਲਾ ਸਾਹਿਬ ਗੁਰਦੁਆਰੇ ਦੇ ਅਸੀਂ ਨਾਲ ਖੜ੍ਹੇ ਹਾਂ ਸਾਹਮਣੇ ਨਿਸ਼ਾਨ ਸਾਹਿਬ ਦੇ ਕੋਲ ਔਰ ਨਾਲ ਰਣਜੀਤ ਸਿੰਘ ਜੀ ਹਨ ਹਾਂਜੀ ਇਹ ਸਾਡੇ ਭਰਾ ਭਰਾ ਨੇ ਸਾਡੇ ਮੇਰੇ ਛੋਟੇ ਭਰਾ ਦੇ ਬ੍ਰਦਰ ਇਨ ਲਾਅ ਹਾਂਜੀ ਲਓ ਜੀ ਸਾਡੀ ਬਣਾਇਆ ਤੁਸੀਂ ਇੱਥੇ ਆ ਜਾਓ ਬੇਟਾ ਉੱਧਰ ਧੋਖਾ ਜੀ ਬਣਾਇਆ ਮੈਂ ਕਿਹਾ ਮੈਂ ਆਪ ਜੀ ਜ਼ੂਮ ਕਰ ਲੇਟ ਵੀ ਕਰਦਾ ਮੈਂ ਨਾ ਨਾ ਬੱਚਾ ਬਹੁਤ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੋਈ ਬੇਚਾਰ ਆਪ ਜੀ ਟਾਈਮ ਵੇਸਟ ਨਾ ਬੇਟਾ ਨਾ ਕੋਈ ਅਸੀਂ ਅਸੀਂ ਵੀ ਆਉਣਾ ਹੈ 10-15 ਮਿੰਟ ਹੋਏ ਆਇਆ ਆਇਆ ਆ ਕੇ ਪਹਿਲਾਂ ਮੱਥਾ ਟੇਕਿਆ ਤੁਹਾਨੂੰ ਦੇਖਿਆ ਵੀ ਤੁਸੀਂ ਨਹੀਂ ਆਏ ਉਹਨਾਂ ਚਿਰ ਮੈਂ ਪੁੱਛ ਕੇ ਆਇਆ ਮੈਨੂੰ ਪਤਾ ਨਹੀਂ ਸੀ ਕਿ ਹਾਂ ਨਹੀਂ ਬੇਟਾ ਠੀਕ ਠੀਕ ਹਾਂ ਅੱਗੋਂ ਉਂਗਲੀ ਹਟਾ ਦਿਓ ਬੇਟਾ ਹਾਂ ਆ ਅੱਛਾ ਨਹੀਂ ਨਹੀਂ ਸਾਫ਼ ਆ ਰਿਹਾ ਤੁਸੀਂ ਨਾ ਬਣਾਓ ਮੈਟਰੋ ਨੂੰ ਚੱਲ ਜਾਓ ਛੇਤੀ ਪਹੁੰਚ ਜਾਓ ਕੋਈ ਅਗਰ ਟੈਕਸੀ 'ਚ ਗਏ ਹਾਂ ਬਹੁਤ 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 ਉਧਰ ਪੰਜਾਬ ਫੋਨ ਕੀਤਾ ਉਧਰ ਬਹੁਤ ਠੰਡਾ ਕੋਹਰਾ ਪੈ ਰਿਹਾ ਅੱਛਾ ਬਹੁਤ ਠੰਡਾ ਜ਼ੀਰੋ ਤੇ ਟੈਂਪਰੇਚਰ ਅੰਮ੍ਰਿਤਸਰ ਦਾ ਅੱਛਾ ਅੱਛਾ ਜ਼ੀਰੋ ਹੁੰਦਾ ਜ਼ੀਰੋ ਰਾਤ ਦਾ -1 ਓਏ ਹੋਏ ਜਾਓਗੇ ਅੰਮ੍ਰਿਤਸਰ ਹਾਂਜੀ ਜ਼ਰੂਰ ਜੀ ਦਰਬਾਰ ਸਾਹਿਬ ਤਾਂ ਹਰ ਵਾਰੀ ਜਾਂਦਾ ਹੈ ਵਾਪਸੀ ਕਦੋਂ ਹੁੰਦੀ ਹੈ ਵਾਪਸੀ ਮੇਰੀ ਹੈਗੀ 16 ਜਾਂ 20 ਕਿ ਦਿਨ ਦੀ ਅੱਛਾ 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 ਦਰਬਾਰ ਨਾਲ ਇਕੱਲੇ ਆ ਗਏ ਮੈਂ ਇਕੱਲਾ ਆਇਆ ਸੀ ਮੈਂ ਪ੍ਰੈਸ ਕਰੀ ਕਾਲ ਉਹਦੇ ਵਾਲੇ ਆਇਆ ਸੀ ਮੈਂ ਤੇ VLK ਹਸਪੀਟਲ MRI ਕਰਵਾ ਕੇ ਲੋ ਅੱਛਾ ਤੇ ਗੁਰਦੁਆਰਾ ਛਾਉਣ ਵਾਹਿਗੁਰੂ ਜੀ ਕੀ ਫਤਿਹ ਜੀ ਬੇਟਾ ਕੌਣ ਇੱਥੇ ਸੇਵਾਦਾਰ ਰਾਗੀ ਕੌਣ ਹੈ ਬੁਲਾਓਗੇ ਆਪ ਕੌਣ ਹੈ ਕੱਪੜੇ ਵਾਲੇ ਕਿਆ ਸੋਰੀ ਤਬਲੇ ਵਾਲੇ ਬੁਲਾਓ ਉਨਕੋ ਆਪ ਤਬਲੇ ਵਾਲੇ ਕਿ ਕੌਣ ਅੱਛਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਕੌਣ ਬੇਟਾ ਕਿਆ ਨਾਮ ਹੈ ਆਪਕਾ ਨਾਮ ਹੈ ਸੇਵਾਦਾਰ ਸਤਨਾਮ ਸਿੰਘ ਜੀ ਅੱਛਾ ਕੀਰਤਨ ਕਰਦੇ ਹੋ ਕਿ ਸੇਵਾਦਾਰ ਹੋ ਸੇਵਾਦਾਰ ਨਾ ਜੀ ਸੇਵਾਦਾਰ ਹੈ ਕੀਰਤਨ ਕਰਦੇ ਨਾ ਜੀ ਤੁਸੀਂ ਕੀਰਤਨ ਕਰਦੇ ਹਾਂ ਸ਼ੁਭ ਨਾਮ ਤੁਹਾਡਾ ਅਸ਼ੋਕ ਸਿੰਘ
अशोक सिंह, आज से 30 साल पहले मैं यहाँ रह के गया हूँ। पता लग गया। अच्छा अच्छा हर बार करोगे वहाँ? तुसी किवें जान रहे हो? किवें जान रहे हो? अच्छा मैं सवेरे गल्ला होंदी है। अच्छा मैं अच्छा ओ उना देख कर करना आपा। हां कुलदीप सिंह चावला साहब सवेरे हाजरी पर। हां जी हां जी 30 साल पहले आप रह के गए? हां 30 साल पहले इत्ते रह के गए। चलो वाहेगुरु कृपा करे। कितने साल की है ये? होगी अपने 14 महीने की। पिछु कितों दे हो तुसी? आपा जिला जलावड़ रायपुर पिंड। रायपुर? हाँ इंदौर रोड है ना हाईवे रोड। जलावड़ तो 25 किलोमीटर। अच्छा अच्छा ग्वार भी कहते अपने आप ग्वार की बोली आउंदी है? बोलते हो? बोलते हैं। अच्छा बोलते पर आपस नहीं बोलते। वैसे बोलना चाहिए। तुसी इत्थे की हो? मैं की बोली बोलो तो आंदी है बाहर रहते रहते काफी टाइम हो गया। ना ना कोशिश करो ट्राई करो। बराबर नहीं आती हमको बोलना। बाहर तो कहाँ आती है ना, बोल दे नहीं 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 ना। बोलो तो सही। भी नहीं बोल दे। मैं देखे भी नहीं बोलते। माड़ी मोटी बोलो यार। सतनाम कई कर रही है तू? रोटी खाई की नहीं खाई? सब्जी लेके चल जाइए। देखना लंदन तो आए कोई बाबा जी। बाबा जी लंदन तो आया। देखो गल करो ना नाल। नहीं भी अरे जब ही गल करो हमारी बात तो सुन। मैं रोटी खाई नहीं खाई। अभी कहाँ खाई है? अबार नहीं खाई। ठीक है खा ली अपने आप। अच्छा अच्छा सवेरे की टाइम टेबल लेते होंगे इतने? छावनी गुरुद्वारा कोटा स्टेज। वाह वाह। अपना बेटा तनखा की थोड़ी? अपनी तनखा तो 4000 ਆਪਾਂ ਨੂੰ ਦਿੰਦੇ। 4000 ਆਪਣੇ ਸਾਈਟ ਵਾਲੇ ਭਾਈ ਸਾਹਿਬ ਜੀ ਨੂੰ ਤੇ ਤਬਲਾ ਵਾਲਾ ਆਪਣੇ ਬਾਹਰ ਕੋਈ ਜੋਬ ਕਰਦਾ ਹੈ ਜੋ 1500 ਰੁਪਏ ਉਸ ਨੂੰ 1500 ਰੁਪਏ ਦਿੰਦੇ ਪਾਰਟ ਟਾਈਮ ਜੋਬ ਕਰਦਾ ਤੇ ਤੁਹਾਨੂੰ ਸਾਡੇ ਵੀ 4000 ਤੇ 4000 ਤੁਸੀਂ ਸੇਵਾਦਾਰ ਹੋ? ਹਾਂਜੀ ਤੇ ਸਾਡੇ ਪਰਮਾਨੈਂਟ ਗ੍ਰਾਹਕ ਨੇ ਮਾਰਾ ਇੱਕ ਕੱਪ ਚਾਹ ਦਾ ਕਰਾ ਆ ਜਾ ਪਾਪਾ ਦੇ ਘਰ। गुरुद्वारे के बाहर दुकान ये डॉक्टर करतार सिंह की डिस्पेंसरी है ये बंद पई है? डॉक्टर करतार सिंह की डिस्पेंसरी गुरुद्वारे के सामने दुकानदार। आप 30 साल पहले यहाँ थे क्या? तो मैं यहाँ रहता था। आपको याद नहीं है? याद नहीं आपको? 1983 में ये यहाँ था। अच्छा आप तो ऊपर वो राम सिंह जी रहते थे ऊपर? हाँ वही। और यहाँ डॉक्टर करतार सिंह थे? सब चले गए ऊपर। गुरमुख सिंह कोटा वाले का मकान।
ये दुकान, ये घर, घर हाँ माँ, ये मुझे भाग के खपे जो लंदर ने थो ना हम मौके मोकले हुआ हाँ चे निशानी का खड़ी है जो सो तय कर ये उठाए हैं पे तो दोनों वाह ब्यासी गुरुद्वारे में छोटे क्या है ना बार बिठो ज्ञानी गुरुमुख सिंह का मकान ज्ञानी गुरमुख सिंह बल्ले 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 मुके अड़ी ताजी याद पे थी से छा कयूं पुराना जमाना थोड़ी वापस ही दो ओ हो ताजी उम्र घनी थी हुई आने मुझे उम्र 70 80 साल थी आज हो 80 के न 70 घनी 75 कौन मते 75 आ ताजी उम्र वडी त ना है हां वडी आ जाए ने को वडी बस फोटो है ता छा कदे।